ਭਰਾ ਦੀ ਮੌਤ ਦਾ ਦਰਦ ਨਾ ਸਹਾਰਦੇ ਹੋਏ ਦੂਜੇ ਭਰਾ ਦੀ ਮੌਤ ਹੋ ਗਈ। ਇੱਕੋ ਹੀ ਚਿਖਾ 'ਚ ਦੋਵਾਂ ਭਰਾਵਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਅਲੀ ਨੰਗਲ ਵਿੱਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ ਜਦੋਂ ਦੋ ਸਕੇ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਭਰਾਵਾਂ ਦੇ ਚਚੇਰੇ ਭਰਾ ਅਤੇ ਰਿਸ਼ਤੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਉਮਰ 42 ਸਾਲ, ਪੁੱਤਰ ਰਤਨ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਜਿਸ ਨੂੰ ਇੱਕਦਮ ਘਬਰਾਹਟ ਮਹਿਸੂਸ ਹੋਈ ਤਾਂ ਉਸ ਨੂੰ ਤੁਰੰਤ ਬਟਾਲਾ ਦੇ ਨਿੱਜੀ ਹਸਪੀਟਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਜਦ ਉਸ ਦੀ ਮੌਤ ਦੀ ਖਬਰ ਉਸ ਦੇ ਵੱਡੇ ਭਰਾ ਸੁਖਵਿੰਦਰ ਸਿੰਘ ਨੂੰ ਦਿੱਤੀ ਗਈ ਜੋ ਕਿ ਲੁਧਿਆਣਾ ਦੇ ਇੱਕ ਨਿੱਜੀ ਕੰਪਨੀ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਸੀ, ਤਾਂ ਉਸ ਵੱਲੋਂ ਭਰਾ ਦੀ ਮੌਤ ਦਾ ਦੁੱਖ ਨਾ ਸਹਾਰਦੇ ਉਸ ਨੂੰ ਵੀ ਇੱਕਦਮ ਦੌਰਾ ਪੈ ਗਿਆ, ਜਿਸ ਨੂੰ ਵੀ ਕੰਪਨੀ ਦੇ ਅਧਿਕਾਰੀਆਂ ਵੱਲੋਂ ਚੰਡੀਗੜ੍ਹ ਵਿਖੇ ਲਿਜਾਇਆ ਗਿਆ ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਅੱਜ ਦੋਵੇਂ ਸਕੇ ਭਰਾਵਾਂ ਦੀ ਮ੍ਰਿਤਕ ਦੇਹਾਂ ਸ਼ਮਸ਼ਾਨ ਘਾਟ ਅੰਤਿਮ ਸੰਸਕਾਰ ਲਈ ਲਿਆਂਦੀਆਂ ਗਈਆਂ ਤਾਂ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਉੱਥੇ ਦੋਵਾਂ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਇੱਕੋ ਹੀ ਚਿਖਾ ਵਿੱਚ ਚਿਣ ਕੇ ਅਗਨੀ ਭੇਂਟ ਕੀਤੀ ਗਈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਦੋਨੋਂ ਮੇਰੇ ਚਾਚੇ ਦੇ ਲੜਕੇ, ਇੱਥੇ ਜਿਹੜਾ ਪਹਿਲਾ ਛੋਟਾ ਹੈ ਉਹ, ਅਸੀਂ ਇਕੱਠੇ ਚਾਹ ਪਾਣੀ ਪੀਤਾ, ਪਤਾ ਨਹੀਂ ਦੋ ਮਿੰਟਾਂ ਵਿੱਚ ਉਹਨੂੰ ਕੀ ਹੋ ਗਿਆ, ਹਾਰਟ ਅਟੈਕ ਹੋ ਗਿਆ। ਉਹਨੂੰ ਲੈ ਕੇ ਗਏ ਹਾਂ ਕੋਟ ਦੀ ਖੜਿਆ ਪਹਿਲਾਂ, ਫਿਰ ਬਟਾਲੇ ਖੜਿਆ। ਬਟਾਲੇ ਜਾ ਕੇ ਜਦੋਂ ਉਹਨਾਂ ਗੁਲੂਕੋਸ਼ ਲਾਇਆ ਅਤੇ ਉਹਨੂੰ ਹਾਰਟ ਅਟੈਕ ਆ ਗਿਆ, ਉਹਦੀ ਮੌਤ ਹੋ ਗਈ। ਅਤੇ ਦੂਸਰਾ ਜਿਹੜਾ ਇਹ ਟਰੱਕ ਡਰਾਈਵਰ ਸੀ ਲੁਧਿਆਣੇ, ਅਤੇ ਉੱਥੇ ਉਹ ਵੀ ਪਤਾ ਨਹੀਂ ਕੀ ਗੱਲ ਹੋਈ ਆ, ਉਹਨੂੰ ਉੱਥੇ ਅਟੈਕ ਹੋ ਗਿਆ। ਕਿਹੜੀ ਕੰਪਨੀ 'ਚ ਕੰਮ ਕਰਦਾ ਸੀ? PCS ਕਰਦਾ ਸੀ। ਉਹਨਾਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਨੇ ਕਿ ਮਤਲਬ ਉਹ ਬਿਮਾਰ ਬੜਾ, ਉਹਨੂੰ ਹਸਪਤਾਲ ਦਾਖਲ ਕਰਾਇਆ ਤੇ ਦਾਖਲ ਦੁਖਲ ਉਹਨਾਂ ਨਹੀਂ ਕਰਾਇਆ। ਜਦੋਂ ਇੱਥੇ ਜਾ ਕੇ ਪਹੁੰਚੇ ਨੇ ਤੇ ਫਿਰ ਉਹਨਾਂ ਨੇ ਜਾ ਕੇ ਦਾਖਲ ਕਰਾਇਆ ਤੇ ਫਿਰ ਲੈ ਕੇ ਤੇ ਆਏ ਨੇ ਰਾਤ ਦੇ 12:00 ਤੇ ਉਹਦੀ ਡੈਥ ਹੋ ਗਈ ਉੱਥੇ। ਆਪਾਂ ਕੀ ਕੰਪਨੀ ਤੋਂ ਕੀ ਫਿਰ ਮੰਗ ਕਰਦੇ? ਆਪਾਂ ਗਰੀਬ ਆਦਮੀ ਨੇ, ਉਹਨਾਂ ਨੂੰ ਕੋਈ ਨੌਕਰੀ ਨਾਕਰੀ ਕੋਈ ਬੱਚੇ ਨੂੰ ਦਵਾ ਸਕਦੇ ਨੇ ਦਵਾ ਦੇਣ, ਕੋਈ ਵੀ ਮਦਦ ਮੁਦਦ ਕਰਨ ਦੇ ਜਿਹੜੇ ਨੇ, ਬੇਟੀ ਵਿਆਹ ਹੋ ਗਿਆ, ਲੜਕਾ ਵਿਆਹ ਹੋ ਗਿਆ। ਬਹੁਤ ਮਿਹਰਬਾਨੀ ਕਰਦੇ ਹਾਂ, ਸਾਡੀ ਮਦਦ ਕਰਨ। ਸਰ, ਜਿਹੜੇ ਦੋਵਾਂ ਭਰਾਵਾਂ ਦੀ ਡੈਥ ਹੋਈ ਹੈ, ਬਹੁਤ ਹੀ ਦੁੱਖਦਾਈ ਘਟਨਾ ਹੈ। ਸਰ, ਇਸ ਤੋਂ ਵੱਧ ਕੀ ਹੋ ਸਕਦਾ? ਜਿਸ ਚਿਖਾ ਦੇ ਵਿੱਚ ਦੋ ਭਰਾ ਇਕੱਠੇ ਪੈ ਜਾਣ, ਆਏ ਤੇ ਵੱਖੋ ਵੱਖ ਸਨ, ਉਮਰ ਵੀ ਤਕਾਜ਼ਾ ਵੀ 10 ਸਾਲ ਦਾ ਫਰਕ ਲੱਗਦਾ ਹੈ, ਪਰ ਅੱਜ ਗਏ ਇਕੱਠੇ ਨੇ, ਇੱਕੋ ਥਾਂ 'ਤੇ ਉਹਨਾਂ ਸੰਸਕਾਰ ਕੀਤਾ ਜਾ ਰਿਹਾ। ਸਰ, ਇਹ ਸਾਡਾ ਜਿਹੜਾ ਭਾਪਾ ਜੀ ਦੇ ਮਾਮਾ ਜੀ ਦੇ ਬੇਟੇ ਨੇ, ਪਿੰਡ ਅਲੀ ਨੰਗਲ ਹੈ, ਕਾਰੋਬਾਰ ਕਰਦੇ ਸਨ ਆਪੋ ਆਪਣਾ, ਇੱਕ ਕਰਿਆਨਾ ਆਪਰੇਟਰ ਹੈ ਅਤੇ ਇੱਕ ਟਰੱਕ ਡਰਾਈਵਰ ਹੈ। ਕਰਿਆਨਾ ਆਪਰੇਟਰ ਘਰ ਆਇਆ ਸੀਗਾ ਅਤੇ ਆਪਣੇ ਸਬਜ਼ੀ ਭਾਜੀ ਦਾ ਪਰਸੋਂ ਕੰਮ ਕਰ ਰਿਹਾ ਸੀਗਾ, ਕਣਕ ਕਹਿੰਦਾ ਲਾਉਣਾ ਗੰਡਿਆਂ ਦਾ, ਅਤੇ ਚਾਚੇ ਤਾਏ ਦੇ ਪੁੱਤ ਭਰਾਵੇ ਲਾਗੇ ਬੈਠੇ ਨੇ, ਚਾਹ ਪਾਣੀ ਪੀਤਾ। ਇੱਕਦਮ ਕਹਿੰਦਾ ਮੈਨੂੰ ਕਾਹਲੀ ਪੈਣ ਡਈ ਹੈ, ਇੱਕਦਮ ਕਹਿ ਕੇ ਅਤੇ ਗੱਡੀ ਵੀ ਕੋਲ ਸੀ ਲੈ ਕੇ, ਅਤੇ ਆਪਾਂ ਇੱਕ ਘੰਟੇ ਦੇ ਵਿੱਚ ਬਟਾਲੇ ਪਹੁੰਚ ਗਏ ਹਾਂ, ਔਰ 12:00 ਤਾਂ ਲਗਭਗ ਗੱਲ ਹੋਈ, ਤਾਂ 2:00 ਆਪਾਂ ਘਰ ਵਾਪਸ ਆ ਗਏ ਹਾਂ ਡੈੱਡ ਬੋਡੀ ਲੈ ਕੇ। ਇਹ ਘਟਨਾ ਵਾਪਰੀ, ਅਸੀਂ ਤਾਂ ਇੱਥੇ ਬੈਠੇ ਹਾਂ ਅਤੇ ਉੱਧਰ ਸਾਡਾ ਜਿਹੜਾ ਦੂਜਾ ਵੀਰ ਸੀਗਾ ਸੁਖਵਿੰਦਰ ਸਿੰਘ, ਟਰੱਕ ਡਰਾਈਵਰ ਸੀਗਾ, ਉਹ ਚੰਡੀਗੜ੍ਹ ਦੇ ਲਾਗੇ ਦੱਪੜ ਸਟੇਸ਼ਨ ਹੈ ਜਿੱਥੇ ਉਹ ਇੱਕ ਵਰਕ ਕਰਦਾ ਸੀਗਾ ਟਰੱਕ ਡਰਾਈਵਰ ਦਾ। ਉੱਥੇ ਉਹਨੂੰ ਜਦੋਂ ਖਬਰ ਪਤਾ ਲੱਗੀ ਵੀ ਮੇਰੇ ਬ੍ਰਦਰ ਦੇ ਛੋਟੇ ਭਰਾ ਦੀ ਮੌਤ ਹੋ ਗਈ ਹੈ,
ਉਸ ਵੀਰ ਨੇ ਵੀ ਆਪਣੇ ਭਰਾ ਦਾ ਜਦੋਂ ਨਾਂ ਸੁਣਿਆ ਵੀ ਮੌਤ ਹੋ ਗਈ ਤਾਂ ਉਹਦੇ ਕੋਲ ਸਹਿਮ ਜਾਂ ਸਦਮਾ ਨਹੀਂ ਚੱਲਿਆ ਗਿਆ, ਉਸੇ ਟਾਈਮ 'ਤੇ ਉਹਦੀ ਉੱਥੇ ਮੌਤ ਹੋ ਗਈ ਜੀ। ਔਰ ਅੱਜ ਤੀਸਰਾ ਦਿਨ ਅਸੀਂ ਰਾਤੀ 10:30 ਪੌਣੇ 11 ਚੰਡੀਗੜ੍ਹੋਂ ਲਾਸ਼ ਲੈ ਕੇ ਆਏ ਜੀ ਡੈੱਡ ਬੋਡੀ, ਅਤੇ ਅੱਜ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਜੀ। ਸਰ ਪਰਿਵਾਰ 'ਚ ਫਿਰ ਪਿੱਛੇ ਕੌਣ ਕੌਣ ਰਹਿ ਗਏ? ਪਰਿਵਾਰ ਤਾਂ ਦੋਵੇਂ ਭਾਈ ਨੇ, ਮਾਤਾ ਵੈ ਪਿਤਾ ਦਾ ਪਹਿਲਾਂ ਦੇਹਾਂਤ ਹੋ ਚੁੱਕਾ ਸੀ, ਅਤੇ ਛੋਟੇ ਬੱਚੇ ਨੇ, ਬਹੁਤ ਅਜੇ ਅਣਜਾਣ ਬੱਚੇ ਨੇ, ਪੜ੍ਹਦੇ ਨੇ ਬੱਚੇ, ਅਤੇ ਕੋਈ ਵਿਆਹ ਵੀ ਨਹੀਂ ਬੱਚਾ ਜੀ, ਕੋਈ ਖੁਸ਼ੀ ਖੇੜਾ ਜੇ ਘਰ 'ਚ ਨਹੀਂ ਕੀਤਾ, ਪਰ ਪਰਮਾਤਮਾ ਨੂੰ ਮੰਨਣ ਵਾਲੇ ਸਨ, ਗੁਰਪੁਰਬਾਂ 'ਤੇ ਹਮੇਸ਼ਾ ਉਹਨਾਂ ਨੇ ਸੰਗਤ ਦੀ ਸੇਵਾ ਕਰਨੀ, ਨਗਰ ਕੀਰਤਨਾਂ ਦੀ, ਪ੍ਰਭਾਤ ਫੇਰੀਆਂ ਦੀ। ਪਰ ਅੱਜ ਉਹਨਾਂ ਦੇ ਨਾਲ ਇਹ ਵੱਡਾ ਧੱਕਾ ਲੱਗਦਾ ਪਰਿਵਾਰ ਨਾਲ ਹੋਇਆ, ਜਿਸ ਬੱਚਿਆਂ ਨੇ ਕਦੀ ਵੇਖਿਆ ਨਹੀਂ ਹੋਇਆ, ਜ਼ਿੰਮੇਵਾਰੀਆਂ ਮੋਢਿਆਂ 'ਤੇ ਪੈ ਗਈਆਂ ਨੇ, ਪਰਿਵਾਰ ਦੇ ਵਾਸਤੇ ਬਹੁਤ ਵੱਡਾ ਸਦਮਾ, ਮਾਤਾ ਵਾਸਤੇ, ਖਾਸ ਕਰਕੇ ਉਹਦੇ ਪਤਨੀਆਂ ਵਾਸਤੇ, ਉਹਨਾਂ ਬੱਚਿਆਂ ਛੋਟਿਆਂ ਵਾਸਤੇ।